ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ ਮਹਿਕਮਾ ਇਤਲਾਹ ਤੋਂ ਸਕਾਫਤ ਦੀ ਛਤਰ ਛਾਵੇਂ ਬਾਬਾ ਗੁਰੂ ਨਾਨਕ ਜੀ ਦੇ 552ਵੇਂ ਜਨਮ ਦਿਹਾੜ ਦੇ ਹਵਾਲੇ ਨਾਲ ਬਾਬਾ ਗੁਰੂ ਨਾਨਕ ਜੀ ਇੰਟਰਨੈਸ਼ਨਲ ਕਾਨਫਰੰਸ ਦਾ ਇਨਕਾਦ ਕੀਤਾ ਗਿਆ ਜਿਹਦੇ ਵਿੱਚ ਮੁਲਕੀ ਅਤੇ ਗੈਰ ਮੁਲਕੀ ਦਾਨਿਸ਼ਵਰਾਂ ਨੇ ਗੱਲਬਾਤ ਕੀਤੀ ਜਿਨ੍ਹਾਂ ਵਿੱਚ ਸਰਕਟਵੇਂ ਨਾਂ ਪ੍ਰੋਫੈਸਰ ਜ਼ੁਬੈਰ ਅਹਿਮਦ ਸ਼ਗੁਫਤਾ ਗਿੰਮੀ ਸਰਦਾਰ ਹਜ਼ਾਰ ਸਿੰਘ ਸਰਦਾਰ ਅਨਮੋਲ ਸਿੰਘ ਡਾਕਟਰ ਜ਼ੇਬੁਰ ਨਿਸਾ ਇਕਬਾਲ ਕੈਸਰ ਅਤੇ ਡੀ ਜੀ ਪਿਲਾਕ ਡਾਕਟਰ ਸੁਗਰਾ ਸਦਫ ਡਾਇਰੈਕਟਰ ਪਿਲਾਕ ਆਸਿਫ ਚੌਧਰੀ ਸ਼ਾਮਿਲ ਸਨ ਸਰਦਾਰ ਅਨਮੋਲ ਸਿੰਘ ਹੋਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਪਾਕਿਸਤਾਨ ਵਿੱਚ ਆ ਕੇ ਸਾਨੂੰ ਬਹੁਤ ਆਦਰ ਸਨਮਾਨ ਮਿਲਿਆ ਅਸੀਂ ਹਕੂਮਤ ਪਾਕਿਸਤਾਨ 'ਤੇ ਉਚੇਚ ਕਰਕੇ ਪੰਜਾਬ ਦੇ ਬਹੁ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਸਾਡੇ ਲਈ ਬਹੁ ਚੰਗਾ ਪ੍ਰਬੰਧ ਕੀਤਾ ਸਾਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਕਿ ਇੱਥੇ ਪੰਜਾਬ ਦੀ ਮਾਂ ਬੋਲੀ ਜ਼ਬਾਨ ਪੰਜਾਬੀ ਦੇ ਹਵਾਲੇ ਨਾਲ ਵਧੀਆ ਕੰਮ ਹੋ ਰਿਹਾ ਹੈ ਡਾਇਰੈਕਟਰ ਜਨਰਲ ਪਿਲਾਕ ਡਾਕਟਰ ਸੁਗਰਾ ਸਦਫ ਹੋਰਾਂ ਕਾਨਫਰੰਸ ਦੇ ਸ਼ੁਰਕਾ ਅਤੇ ਪ੍ਰਾਹੁਣਿਆਂ ਨੂੰ ਜੀ ਆਇਆਂ ਨੂੰ ਆਖਿਆ ਦੱਸਿਆ ਕਿ ਬਾਬਾ ਗੁਰੂ ਨਾਨਕ ਜੀ ਸਭ ਪੰਜਾਬੀਆਂ ਦੇ ਸਾਂਝੇ ਨੇ ਉਹਨਾਂ ਨੇ ਅਮਨ ਮੁਹੱਬਤ ਅਤੇ ਬਰਦਾਸ਼ਤ ਦਾ ਜਿਹੜਾ ਦਰਸ ਦਿੱਤਾ ਉਹਦੇ 'ਤੇ ਅਮਲ ਕਰਕੇ ਇਲਾਕੇ ਵਿੱਚ ਇਨਸਾਨੀਅਤ ਨੂੰ ਮਾਣ ਦੇਣਾ ਚਾਹੀਦਾ ਡਾਇਰੈਕਟਰ ਪਿਲਾਕ ਆਸਿਫ ਚੌਧਰੀ ਹੋਰਾਂ ਨੇ ਆਪਣੀ ਗੱਲਬਾਤ ਵਿੱਚ ਆਖਿਆ ਕਿ ਬਾਬਾ ਗੁਰੂ ਨਾਨਕ ਜੀ ਨੇ ਅਮਨ ਮੁਹੱਬਤ ਦਾ ਪੈਗਾਮ ਦਿੱਤਾ ਸੂਫੀਆ ਦੇ ਪੈਗਾਮ ਦੇ ਵਧਾਵੇ ਵਾਸਤੇ ਪਿਲਾਕ FM 95 ਰੇਡੀਓ ਦੇ ਜ਼ਰੀਏ ਪੰਜਾਬੀ ਜ਼ਬਾਨ ਦੀ ਤਰਵੀਜ ਵਾਸਤੇ ਕੰਮ ਕਰ ਰਿਹਾ ਹੈ ਇਸ ਮੌਕੇ 'ਤੇ ਲੋਕ ਗੁਲੂਕਾਰ ਸਾਈਂ ਜ਼ਹੂਰ ਅਨਵਰ ਰਫੀ ਇਮਰਾਨ ਸ਼ੌਕਤ ਉਸਤਾਦ ਤਾਹਿਰ ਇਕਬਾਲ ਨਾਸਿਰ ਬਿਰਾਜ ਹੋਰਾਂ ਨੇ ਪਰਫਾਰਮ ਕੀਤਾ ਅਤੇ ਸ਼ੁਰਕਾ ਤੋਂ ਦਾਦ ਵਸੂਲ ਕੀਤੀ